ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਰਾਜਪ੍ਰੀਤ ਕੌਰ ਜੀ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚਹਿਲ ਡਿਜ਼ਾਈਨਰ ਬੁਟੀਕ ਤੇ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਤੇ ਸਭ ਤੋਂ ਪਹਿਲਾਂ ਰਿਕੁਐਸਟ ਹੈ ਜੀ, ਜਿਹੜੇ ਨਵੇਂ ਵਿਵਰ ਸਾਰੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ, ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ। ਆਓ ਜੀ ਵੀਡੀਓ ਸ਼ੁਰੂ ਕਰਦੇ ਆ। ਜਿਹੜੀ ਅੱਜ ਵੀਡੀਓ ਆਪਾਂ ਲੈ ਕੇ ਆਏ ਆ ਉਹ ਹੈਗੇ ਵਰਕ ਵਾਲੇ ਸੂਟਾਂ ਦੀ, ਪਫ ਮਸ਼ੀਨ ਦਾ ਵਰਕ ਹੋਊਗਾ ਜੀ। ਤੇ ਬਹੁਤ ਸੋਹਣੇ ਸੂਟ ਨੇ ਆਪਣੇ ਕੋਲ, ਪਹਿਲਾਂ ਤੋਂ ਰੈਡੀ ਪਏ ਸੀ ਇਹ ਸੂਟ। ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਆਰਡਰ ਕਰ ਦਿਓ ਤੇ ਸੂਟ ਆਪਣਾ ਘਰੇ ਬੈਠੇ ਮੰਗਵਾ ਸਕਦੇ ਹੋ। ਅਲੱਗ ਅਲੱਗ ਸਟਾਫ ਆ ਜੀ ਤੇ ਸੂਟ ਬਹੁਤ ਸੋਹਣੇ ਨੇ। ਤੇ ਪਹਿਲਾ ਸੂਟ ਹੈਗਾ ਜੀ ਪੈਰਟ ਕਲਰ ਦਾ, ਇਹ ਆਪਣੇ ਕੋਲ ਰੈਡੀ ਪਏ ਸੀਗੇ ਜੀ ਸੂਟ। ਪੈਰਟ ਕਲਰ ਦਾ ਸੂਟ ਆ, ਇਹਦੇ ਘੇਰੇ ਤੇ ਬਾਹਾਂ ਤੇ ਵਰਕ ਆ, ਆਹ ਘੇਰੇ ਦਾ ਵਰਕ ਆਊ ਜੀ। ਪੈਰਟ ਕਲਰ ਸੇਮ ਕਲਰ ਆ ਗਿਆ, ਪੈਰਟ ਕਲਰ ਦਾ ਵਰਕ ਆ ਜੀ ਤੇ ਬਹੁਤ ਸੋਹਣਾ ਸੂਟ ਆ। ਤੇ ਇਹ ਆਪਾਂ ਬਹੁਤ ਰੀਜਨੇਬਲ ਪ੍ਰਾਈਸ ਤੇ ਦੇ ਰਹੇ ਹਾਂ ਸੂਟ। ਤੇ ਇਹਦਾ ਘੇਰਾ ਹੈਗਾ ਜੀ 23 ਇੰਚ, ਵੱਧ ਘੱਟ ਘੱਟ ਤੁਸੀਂ ਰੱਖ ਸਕਦੇ ਹੋ, ਜੇ ਘੱਟ ਕਰਨਾ ਹੋਵੇ ਘੱਟ ਵੀ ਰਹਿ ਜੂਗਾ, ਬਟ 23 ਇੰਚ ਹੈਗਾ ਜੀ ਇਹ ਪੂਰਾ। ਆਪ ਘੇਰੇ ਦਾ ਵਰਕ ਹੈਗਾ ਤੇ ਆ ਹੈਗਾ ਜੀ ਬਾਜੂ ਦਾ ਵਰਕ, ਥੋੜਾ ਕੋਲੇ ਹੋ ਕੇ ਦਿਖਾ ਦਿਓ। ਬਹੁਤ ਨੀਟ ਐਂਡ ਕਲੀਨ ਵਰਕ ਹੈਗਾ, ਤੁਸੀਂ ਦੇਖ ਸਕਦੇ ਹੋ ਵਰਕ ਨਹੀਂ ਉੱਧੜਦਾ ਸੂਟ ਭਾਵੇਂ ਪਾਟ ਜੀ। ਤੇ ਲਾਈਟ ਕਲਰ ਆ ਰਿਹਾ ਜੀ, ਥੋੜਾ ਲਾਈਟ ਆਉਂਦਾ, ਥੋੜਾ ਜਿਹਾ ਕਲਰ ਲਾਈਟ ਆਉਂਦਾ, ਇੱਕ ਪੁਆਇੰਟ ਥੋੜਾ ਜਿਹਾ ਤਾਂ ਫਰਕ ਰਹਿੰਦਾ ਹੀ ਹੈ ਜੀ ਵੀਡੀਓ 'ਚ। ਤੇ ਅਗਲਾ ਜਿਹੜਾ ਸੂਟ ਹੈਗਾ ਗਾ, ਇਹ ਸੂਟ ਦਾ ਪ੍ਰਾਈਸ ਜੀ 1500 ਰੁਪਏ ਹੈਗਾ, 1500 ਰੁਪਏ ਪ੍ਰਾਈਸ ਹੈ ਜੀ ਇਹਦਾ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ੋਟ ਲੈ ਕੇ ਆਰਡਰ ਦੇ ਸਕਦੇ ਹੋਗੇ। ਜਿਹੜਾ ਇਹ ਵਾਲਾ ਸਟਾਫ ਸੀ ਨਾ ਜੀ ਮਸਲੀਨ ਦਾ, ਇਹ 1200 ਦਾ ਸੂਟ ਹੀ ਮਿਲ ਰਿਹਾ ਹੈਗਾ। ਪਲੇਨ ਜੇ ਪਲੇਨ ਲੈਣਾ ਹੋਵੇ ਵਿੱਚ ਦੇ ਟੋਰਸ ਲੱਗੇ ਹੋਏ ਨੇ, ਤੇ ਅਸੀਂ ਵਰਕ ਕਰਕੇ ਤੁਹਾਨੂੰ 1500 ਦਾ ਦੇ ਰਹੇ ਹਾਂ। ਅਗਲਾ ਜਿਹੜਾ ਸੂਟ ਹੈਗਾ ਜੀ, ਇਹ ਵਾਲਾ ਹੈਗਾ ਕਿ ਆਪਣਾ ਵਰਕ ਹੈਗਾ ਜੀ ਗਲੇ ਦਾ, ਗਲੇ ਤੇ ਆਊਗਾ ਵਰਕ, ਤੇ ਆਹ ਵਾਲਾ ਆਊਗਾ ਜੀ ਘੇਰੇ ਤੇ, ਬਹੁਤ ਸੋਹਣਾ ਵਰਕ ਹੋਇਆ ਹੋਇਆ ਤੇ ਮੋਰ ਪੰਖੀਆ ਕਲਰ ਦਾ ਸੂਟ ਹੈ ਜੀ ਇਹ। ਇਹਦਾ ਵੀ ਪ੍ਰਾਈਜ 1500 ਰੁਪਏ ਰਹੂਗਾ ਜੀ। ਬਹੁਤ ਸੋਹਣੇ ਸੂਟ ਨੇ ਜੀ, ਬਹੁਤ ਘੱਟ ਪ੍ਰਾਈਜ 'ਚ ਆਪਾਂ ਇਹ ਸੂਟ ਤੁਹਾਨੂੰ ਦੇ ਰਹੇ ਹਾਂਗੇ। ਜਲਦੀ ਜਲਦੀ ਸਕਰੀਨਸ਼ੋਟ ਲੈ ਕੇ ਆਰਡਰ ਆ ਜਿਹੜਾ ਆਪਣਾ ਦੇ ਸਕਦੇ ਹੋ। 1.5 ਇੰਚ ਦਾ ਘੇਰ ਬਣੂਗਾ 1 ਇੰਚ, ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ੋਟ ਲੈ ਕੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ। ਆਹ ਵਾਲਾ ਇਹਦਾ ਬਾਜੂ ਦਾ ਵਰਕ ਆ, ਸ਼ੇਡ ਦਾ ਕੰਮ ਹੋਇਆ ਹੋਇਆ, ਮਾੜਾ ਜਿਹਾ ਕਰਕੇ ਦਿਖਾਇਆ, ਸ਼ੇਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ। ਤੇ ਆਪਣਾ ਜਿਹੜਾ ਆਰਡਰ ਤੁਸੀਂ ਆਪਾਂ ਨੂੰ ਦੇ ਸਕਦੇ ਹੋ, ਬਲੂ ਕਲਰ ਆ ਆਪਣਾ, ਮੋਰ ਪੰਖੀਆ ਕਲਰ ਆ ਇਹ, ਮਜੈਂਟਾ ਦਾ ਵਰਕ ਹੋਇਆ ਹੋਇਆ, 1.5 ਇੰਚ ਘੇਰ ਬਣੂਗਾ ਇਹਦਾ। ਬਹੁਤ ਸੋਹਣਾ ਸੂਟ ਆ ਤੇ 1500 ਰੁਪਇਆ ਪ੍ਰਾਈਜ ਆ। ਤੇ ਜਿਹੜਾ ਇਹ ਸਟਾਫ ਹੈਗਾ, ਇਹ ਸਿਲਕ ਆ ਜੀ, ਰੂਹੀ ਸਿਲਕ ਆ ਇਹ, ਥੋੜਾ ਨੇੜੇ ਹੋ ਕੇ ਦਿਖਾ ਲਓ, ਬਹੁਤ ਸੋਹਣੇ ਵਿੱਚ ਲਾਈਨਿੰਗ ਜੀ ਬਣੀ ਹੋਈ ਆ, ਬਹੁਤ ਸੋਹਣਾ ਸੂਟ ਹੈਗਾ। ਇਹ ਸੂਟ ਦਾ ਪ੍ਰਾਈਜ ਵੀ 1500 ਰੁਪਇਆ ਗਾ, ਤੇ 1500 'ਚ ਤੁਹਾਨੂੰ ਪਤਾ ਗਾ ਕੱਲਾ ਵਰਕ ਹੀ ਹੁੰਦਾ ਕਿਉਂਕਿ ਪਫ ਮਸ਼ੀਨ ਦਾ ਵਰਕ ਆ। ਤੇ ਅਗਲਾ ਸੂਟ ਹੈਗਾ ਜਿਹੜਾ, ਉਹ ਵਾਲਾ ਹੈਗਾ ਬਲੂ ਕਲਰ ਦਾ, ਬਲੂ ਕਲਰ ਦਾ ਸੂਟ ਆ ਤੇ ਇਹ ਘੇਰੇ ਦਾ, ਤੇ ਲੰਬਾਈ ਤਾਂ ਵੀ ਕਾਫੀ ਜਿੰਨੀ ਮਰਜ਼ੀ ਬਣਾ ਲਿਓ ਕੋਈ ਚੱਕਰ ਨਹੀਂ ਹੈਗਾ ਗਾ। ਤੇ ਘੇਰੇ ਦਾ ਹੈਗਾ ਗਾ
22-24 ਇੰਚ ਤੱਕ ਤਾਂ ਬਣ ਹੀ ਜਾਊਗਾ, ਘੱਟ ਵੱਧ ਕਰਨ ਨੂੰ ਤੁਹਾਡੀ ਇੱਛਾ ਜੀ। ਇਹ ਵੀ ਬਹੁਤ ਸੋਹਣਾ ਵਰਕ ਹੋਇਆ ਹੋਇਆ। ਇਹ ਸੂਟ ਵੀ ਆਪਾਂ ਦੇ ਰਹੇ ਹਾਂ ਜੀ 1500 ਰੁਪਏ ਵਿੱਚ, 1500 'ਚ ਇਹ ਸੂਟ ਦੇ ਰਹੇ ਹਾਂ। ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ। ਜੇ ਤੁਸੀਂ ਦੁਪੱਟੇ ਵੀ ਨਾਲ ਲਗਾਉਣੇ ਹੋਣਗੇ ਉਹ ਤੁਸੀਂ ਆਪਾਂ ਨੂੰ ਦੱਸ ਦਿਓ, ਆਪਾਂ ਦੁਪੱਟੇ ਵੀ ਆ ਜਿਹੜੇ ਨਾਲ ਲਾ ਕੇ ਦੇਵਾਂਗੇ। ਇਹ ਵਰਕ ਨਾਲ ਦੇ ਬਾਜੂ 'ਤੇ ਵੀ ਸੀਗਾ, ਆਹ ਬਾਜੂ ਬਣੀਆਂ ਹੋਈਆਂ ਨੇ ਜਿਹੜੀਆਂ ਦੇਖ ਸਕਦੇ ਹੋ, ਬਹੁਤ ਸੋਹਣਾ ਵਰਕ ਹੋਇਆ ਹੋਇਆ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ। ਅਤੇ ਇਹਦੇ 'ਚ ਜਿਹੜੇ 2 ਸ਼ੇਡ ਪਾਏ ਹੋਏ ਨੇ, ਇੱਕ ਤਾਂ ਮਸਟਰਡ ਹੈਗਾ, ਇੱਕ ਹੈਗਾ ਗਾਜਰੀ, ਦੋ ਵਿੱਦ ਤੁਸੀਂ ਇਹਦਾ ਦੁਪੱਟਾ ਜਿਹੜਾ ਉਹ ਟਾਈ ਡਾਈ ਵੀ ਕਰਵਾ ਸਕਦੇ ਹੋ। ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਊਗਾ। ਅਗਲਾ ਸੂਟ ਹੈਗਾ ਜੀ, ਇਹਦਾ ਕਲਰ ਵੀ ਸਹੀ ਆਉਂਦਾ ਹੋਣਾ, ਹੁਣ ਥੋੜ੍ਹਾ ਫਰਕ ਨਾ ਆ ਰਿਹਾ, ਵਾਹਵਾ ਫਰਕ ਹੋ ਗਿਆ ਕਾਫੀ। ਆਹ ਸੂਟ ਹੈਗਾ ਜੀ ਫਿਰੋਜ਼ੀ ਕਲਰ ਦਾ, ਫਿਰੋਜ਼ੀ ਕਲਰ ਦਾ ਸੂਟ ਹੈ ਇਹ, ਥੋੜ੍ਹਾ ਜਿਹਾ ਵੀਡੀਓ 'ਚ ਫਰਕ ਆਉਂਦਾ ਗਾ। ਅਤੇ ਇਹਦਾ ਘੇਰਾ ਵਾਲਾ ਘੇਰਾ ਇਹਦਾ, ਇਹ ਵੀ ਮਸਲੀਨ 'ਤੇ ਬਣਿਆ ਹੋਇਆ ਜੀ ਸੂਟ। ਅੱਗੇ ਹੁਣ ਗਰਮੀ 'ਚ ਇਹ ਮਸਲੀਨ ਪਊਗੀ ਨਾ, ਇਹਦੇ ਉੱਤੇ ਲਾਈਨਿੰਗ ਲੱਗੀ, ਲਾਈਨਿੰਗ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹਨੂੰ। ਆਹ ਹੈਗੀ ਹੈ ਜੀ ਇਹਦੇ 20 ਇੰਚ ਘੇਰਾ ਜੀ ਇਹਦਾ, ਬਹੁਤ ਸੋਹਣਾ ਸੂਟ ਹੈ ਇਹ ਵੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ। ਲੰਬਾਈ ਵੀ ਇਹਦੀ ਕਾਫੀ ਜ਼ਿਆਦਾ, ਚਾਲੀ ਇੰਚ ਤੱਕ ਆਰਾਮ ਨਾਲ ਤਿਆਰ ਕਰ ਸਕਦੇ ਹੋ ਜੀ ਤੁਸੀਂ, ਜੇ ਘੱਟ ਕਰਨਾ ਤੁਹਾਡੀ ਇੱਛਾ, ਜੇ ਵੱਧ ਕਰਨਾ 47 ਇੰਚ ਤੱਕ ਵੀ ਤਿਆਰ ਹੋ ਜੂਗਾ। ਬਹੁਤ ਸੋਹਣਾ ਸੂਟ ਹੈ ਜੀ। ਤੇ ਆਹ ਹੈਗਾ ਜੀ ਇਹਦਾ ਬਾਜੂ ਦਾ ਵਰਕ, ਲਓ ਜੀ ਦੇਖ ਲਓ, ਬਹੁਤ ਸੋਹਣਾ ਸੂਟ ਹੈ ਵੀ। ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ। ਇਹ ਆਪਣੇ ਕੋਲ ਨਾ ਸੂਟ ਰੈਡੀ ਪਏ ਸੀਗੇ ਜੀ, ਅਸੀਂ ਪਹਿਲਾਂ ਵੀ ਇਹ ਵੀ ਵੀਡੀਓ ਪਾਈ ਸੀ, ਬਟ ਸਾਨੂੰ ਅੱਜ ਦੁਬਾਰਾ ਪਾਈ ਹੈ ਕਿਉਂਕਿ ਚਲ ਜੇ ਕਿਸੇ ਨੂੰ ਜ਼ਰੂਰਤ ਹੈਗੀ ਹੈ ਜਲਦੀ ਘੱਟ ਪ੍ਰਾਈਸ 'ਚ ਤਾਂ ਉਹ ਇਹ ਸੂਟ ਜਿਹੜੇ ਆਪਣੇ ਲੈ ਸਕਦਾ ਗਾ। ਆਹ ਸੂਟ ਦਾ ਘੇਰਾ ਹੈਗਾ ਜੀ 1.5 ਇੰਚ ਤਾਂ ਆਰਾਮ ਨਾਲ ਬਣਨਾ ਹੀ ਆ, ਜੇ ਵੱਧ ਬਣਾਉਣਾ ਵੱਧ ਵੀ ਬਣ ਜੂ, ਥੋੜ੍ਹਾ ਥੋੜ੍ਹਾ ਪਾਈ ਵੀ ਬਣ ਜੂਗਾ। ਅਤੇ ਇਹ ਘੇਰੇ ਦੇ ਵਰਕ ਆ, 2 ਘੇਰੇ 'ਤੇ ਲਾਈਨਾਂ ਜਾਂਦੀਆਂ ਨੇ। ਅਤੇ ਇਹਦਾ ਕਲਰ ਹੈਗਾ ਜਿਹੜਾ ਪਿਸਤਾ ਕਲਰ ਜਗਾ, ਬਹੁਤ ਸੋਹਣਾ ਕਲਰ ਆ ਲਾਈਟ ਜਿਹਾ। ਅਤੇ ਆਹ ਹੈਗਾ ਇਹਦਾ ਬਾਹਾਂ ਦਾ ਵਰਕ, ਇਹ ਵੀ ਸ਼ੇਡ ਦਾ ਕੰਮ ਹੋਇਆ ਹੋਇਆ ਬਹੁਤ ਸੋਹਣਾ। ਅਤੇ ਇਹ ਸੂਟ ਦਾ ਪ੍ਰਾਈਜ਼ ਆ 1300 ਰੁਪਇਆ ਜੀ, 1200 ਰੁਪਇਆ ਪ੍ਰਾਈਜ਼ ਆ ਜੀ ਆਹ ਸੂਟ ਦਾ, ਬਹੁਤ ਸੋਹਣਾ ਸੂਟ ਹੈ। ਅਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਹੋ। ਬਹੁਤ ਸੋਹਣਾ ਸਟਾਫ ਆ ਰੂਗੀ ਸਿਲਕ, ਜਿਵੇਂ ਮਰਜ਼ੀ ਵੇਅਰ ਕਰੀ ਜਾਣੇ ਉਹ ਘਰੇ ਬਾਹਰ ਅੰਦਰ ਜਿੱਥੇ ਮਰਜ਼ੀ, ਕੋਈ ਚੱਕਰ ਨਹੀਂ, ਬਹੁਤ ਸੋਹਣਾ ਇਹ ਵੀ। ਅਤੇ ਅਗਲਾ ਸੂਟ ਹੈਗਾ ਜਿਹੜਾ, ਇਹ ਮਨਚਲੀ ਸਿਲਕ ਆ, ਆਹ ਵਾਲਾ ਵਰਕ ਹੋਇਆ ਹੋਇਆ ਜੀ ਬਾਹਾਂ ਦਾ, ਆਹ ਬਾਂਹ 'ਤੇ ਵਰਕ ਆਊਗਾ ਜੀ, ਕਾਫੀ ਕਲਰ ਦਾ ਸੂਟ ਆ, ਬਾਂਹ 'ਤੇ ਵਰਕ ਆਊਗਾ, ਸ਼ੇਡ ਬਣੇ ਹੋਏ ਆ ਬਹੁਤ ਸੋਹਣੇ। ਅਤੇ ਤੁਸੀਂ ਜਿਹੜਾ ਮਰਜ਼ੀ ਦੁਪੱਟਾ ਲੈ ਸਕਦੇ ਹੋ, ਫਿਰੋਜ਼ੀ ਵੀ ਲੈ ਸਕਦੇ ਹੋ, ਯੈਲੋ ਵੀ ਲੈ ਸਕਦੇ ਹੋ। ਅਤੇ ਬਾਹਾਂ ਦਾ ਅਤੇ ਇਹਦੀ ਸਲਵਾਰ ਆ ਜਿਹੜੀ ਉਹ ਸਟਰੇਟ ਬਣੂਗੀ ਜੀ, ਆਹ ਵਾਲਾ ਇਹਦਾ ਸਲਵਾਰ 'ਤੇ ਵਰਕ ਆਊਗਾ। ਇਹ ਸੂਟ ਦਾ ਪ੍ਰਾਈਜ਼ 2700 ਰੁਪਇਆ ਜੀ,
2700 ਰੁਪਏ ਜੀ ਤੁਹਾਡਾ ਸੂਟ ਆ ਜਿਹੜਾ ਬਹੁਤ ਸੋਹਣਾ ਬਣ ਕੇ ਰੈਡੀ ਹੋ ਜੂਗਾ। ਜੇ ਤੁਸੀਂ ਦੁਪੱਟਾ ਲਗਾਉਣਾ ਉਹ ਵੀ ਤੁਸੀਂ ਦੱਸ ਸਕਦੇ ਹੋ, ਦੁਪੱਟਾ ਵੀ ਆਪਾਂ ਜਿਹੜਾ ਲਾ ਕੇ ਦੇਵਾਂਗੇ ਨਾਲ। ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਜਿਹੜਾ ਸੂਟ ਆ ਤੁਹਾਨੂੰ ਪਸੰਦ ਆਏ ਹੋਣਗੇ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ, ਅਤੇ ਮੈਂ ਜਿਹੜੇ ਤੁਹਾਨੂੰ ਕਿਹਾ ਸੀ ਕਮੈਂਟ ਕਰਨੇ ਨਾ ਭੁੱਲਿਓ, ਜਲਦੀ ਜਲਦੀ ਬਹੁਤ ਸਾਰੇ ਕਮੈਂਟ ਕਰਿਓ ਅਤੇ ਆਪਣਾ ਸੂਟ ਆ ਜਿਹੜਾ ਲੈ ਕੇ ਜਾਇਓ। ਕੱਲ੍ਹ ਅਗਲੀ ਆਉਣ ਵਾਲੀ ਵੀਡੀਓ 'ਚ ਆਪਾਂ ਜਿਹੜਾ ਕਮੈਂਟ ਜ਼ਿਆਦਾ ਹੋਣਗੇ ਉਹਨਾਂ ਦਾ ਨਾਮ ਵੀ ਅਨਾਊਂਸ ਕਰਾਂਗੇ, ਅਤੇ ਉਹਨਾਂ ਨੂੰ ਆਪਾਂ ਜਿਹੜਾ ਗਿਫਟ ਆ ਉਹ ਵੀ ਦੇਵਾਂਗੇ। 1 ਤਰੀਕ ਨੂੰ ਕਰ ਦਿੰਦੇ ਆਪਾਂ, 1 ਨੂੰ, ਹਾਂ ਚਲੋ 1 ਤਰੀਕ ਨੂੰ ਕਰ ਦਾਂਗੇ ਜੀ। ਹਾਂ 1 ਤਰੀਕ ਨੂੰ ਆ ਜਿਹੜਾ ਤੁਹਾਨੂੰ ਉਹ ਨਾਮ ਵੀ ਜਿਹੜਾ ਜਿਹਨਾਂ ਨੂੰ ਸੂਟ ਮਿਲਿਆ ਉਹਨਾਂ ਦਾ ਨਾਮ ਵੀ ਦੱਸਾਂਗੇ, ਕਿਉਂਕਿ ਸਾਰਿਆਂ ਨੇ ਬਹੁਤ ਸਾਰੇ ਕਮੈਂਟ ਆਏ ਹੋਏ ਨੇ। ਬਹੁਤ ਬਹੁਤ ਧੰਨਵਾਦ ਜੀ ਇੰਨੇ ਕਮੈਂਟ ਕਰਨ ਲਈ, ਵੀਡੀਓ ਲਾਈਕ ਕਰਨ ਲਈ, ਅਤੇ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਸਾਰੇ ਦੇਖ ਸਕਣ, ਅਤੇ ਪਲੀਜ਼ ਸਪੋਰਟ ਕਰਿਆ ਕਰੋ ਜੀ। ਅਤੇ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।